ਪਰਿਆਵਰਨ ਸੰਭਾਲ ਅਤੇ ਆਪਣਾ ਆਲਾ ਦੁਆਲਾ ਹਰਾ ਭਰਾ ਰੱਖਣ ਲਈ ਸਰਕਾਰ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਅਤੇ ਇਹਨਾਂ ਦੀ ਸੰਭਾਲ ਕੀਤੀ ਜਾਏ। ਪਰ ਜਦ ਪੇੜ ਹੀ ਕੱਟਣੇ ਸ਼ੁਰੂ ਹੋ ਗਏ ਤਾਂ ਇਸ ਬਾਰੇ ਕੌਣ ਦੋਸ਼ੀ ਹੈ, ਸਰਕਾਰ ਜਾਂ ਲੋਕ? ਐਸਾ ਹੀ ਕੁਝ ਵੇਖਣ ਨੂੰ ਮਿਲਿਆ ਕ੍ਰਿਸਟਲ ਚੌਂਕ ਦੇ ਨੇੜੇ ਬਣੇ ਅਰਬਨ ਹਾਰਟ ਵਿਖੇ। ਰੈਸਟੋਰੈਂਟ ਪ੍ਰਬੰਧਕਾਂ ਵੱਲੋਂ ਇੱਥੇ ਲੱਗੇ ਪੇੜ ਕਟਾ ਦਿੱਤੇ ਗਏ। ਪੇੜ ਕੱਟਣਾ ਕਾਨੂੰਨੀ ਜੁਰਮ ਹੈ। ਕੀ ਇਹ ਪੇੜ ਰੈਸਟੋਰੈਂਟ ਦੇ ਬਾਹਰ ਪਾਰਕਿੰਗ ਬਣਾਉਣ ਲਈ ਕੱਟੇ ਗਏ ਹਨ ਜਾਂ ਆਪਣੇ ਫਾਇਦੇ ਲਈ ਕੱਟੇ ਗਏ ਹਨ? ਕੀ ਇਸ ਦੇ ਵਿੱਚ ਕਿਸੇ ਦੀ ਮਿਲੀ ਭਗਤ ਹੈ? ਇਹ ਇੱਕ ਜਾਂਚ ਦਾ ਵਿਸ਼ਾ ਹੈ। ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਵਿੱਚ ਉੱਚ ਪੱਧਰੀ ਜਾਂਚ ਕਰਾਈ ਜਾਏ ਅਤੇ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾਏ। ਇਸ ਦੀ ਜਿਹੜੀ ਆਪਸ਼ਨ ਦਰਖਤਾਂ ਦੀ ਪਿੱਛੇ ਪੇਪਰ 'ਚ ਆਈ ਸੀ, ਉਹਦੇ ਸਕਸੈਸਫੁਲ ਬਿਲਡਰ ਬਣੇ, ਉਸ ਦੇ ਵਿੱਚ ਉਸ ਤੋਂ ਬਾਅਦ ਉਹਦੀ ਪੇਮੈਂਟ ਭਰ ਕੇ ਅਤੇ ਹੁਣ ਅਸੀਂ ਇਸ ਦੇ ਓਨਰਸ਼ਿਪ ਸਾਡੇ ਕੋਲ ਆ ਗਈ ਹੈ ਅਤੇ ਅਸੀਂ ਇਸ ਦੇ ਪੇੜ ਨੂੰ ਬਾਏ ਪਰਮਿਸ਼ਨ ਆਫ ਪੁੱਡਾ ਉਹ ਕੱਟ ਰਹੇ ਹਾਂ। ਨਹੀਂ, ਕਟਿੰਗ ਇੱਦਾਂ ਹੀ ਨਹੀਂ ਹੁੰਦੀ ਜੀ, ਇਹਦਾ ਪ੍ਰੋਸੈਸ ਹੈਗਾ ਜੋ ਗਵਰਨਮੈਂਟ ਆਫ ਇੰਡੀਆ ਜਾਂ ਗਵਰਨਮੈਂਟ ਆਫ ਪੰਜਾਬ ਦਾ ਡਿਫਰੈਂਟ ਡਿਫਰੈਂਟ ਡਿਪਾਰਟਮੈਂਟ ਦਾ ਜਿਹੜਾ ਪ੍ਰੋਸੈਸ ਹੈਗਾ ਉਹ ਪ੍ਰੋਸੈਸ ਨੂੰ ਫੋਲੋ ਕਰਕੇ ਜੇ ਕੋਈ ਕੰਮ ਕੀਤਾ ਜਾਵੇ ਤਾਂ ਉਹ ਕੋਈ ਮਾੜਾ ਨਹੀਂ ਹੈਗਾ। ਉਸ ਤੋਂ ਬਾਅਦ ਉਹ ਪ੍ਰੋਸੈਸ ਦੇ ਵਿੱਚ ਜਿਹੜਾ ਪੈਸਾ ਭਰਿਆ ਜਾਂਦਾ ਉਹ ਪੈਸੇ ਨਾਲ ਉਹ ਦੁਬਾਰਾ ਉਨੇ ਹੀ ਰੁੱਖ ਹੋਰ ਲਾਉਂਦੇ ਨੇ ਉਹ। ਸਰ ਦੇਖੋ, ਐਗਜੈਕਟਲੀ ਮੈਨੂੰ ਹੁਣ ਬਾਏ ਹਰਟ ਤਾਂ ਯਾਦ ਨਹੀਂ, ਅਪਰੋਕਸੀਮੇਟਲੀ 86,000 ਤੋਂ 90,000 ਦੇ ਵਿੱਚ ਗਏ। ਹੋਰ ਉੱਪਰ ਪਰਮਿਸ਼ਨ ਹੈ, ਕੋਈ ਵੀ ਚੀਜ਼ ਤੁਸੀਂ ਦੇਖ ਸਕਦੇ ਹੋ, ਤੁਸੀਂ ਪੁੱਡਾ ਤੋਂ ਲੈ ਸਕਦੇ ਹੋ। ਪੇਪਰ ਦੇ ਵਿੱਚ ਆਪਸ਼ਨ ਆਈ ਸੀ, ਕੋਈ ਨੰਬਰ ਆਫ ਪਾਰਟੀਸਪੈਂਟ, ਕਿਹੜੀ ਇਕੱਲੀ ਇਸ ਦੀ ਨਹੀਂ ਆਈ ਸੀ, ਰਾਮਬਾਗ ਜਾਂ ਹੋਰ 3-4 ਦੀ ਵੀ ਆਈ ਸੀ। ਉਹ ਨੋਰਮਲੀ ਉਹਨਾਂ ਨੇ ਕਾਫੀ ਸਾਈਟਾਂ ਦੀ ਆਪਸ਼ਨ ਰੱਖੀ ਸੀ, ਉਹਦੇ ਵਿੱਚ ਇਹਦੀ ਵੀ ਆਈ ਸੀ। ਇਸ ਤੋਂ ਤਾਂ ਇੰਜ ਜਾਪਦਾ ਹੈ ਕਿ ਰੈਸਟੋਰੈਂਟ ਪ੍ਰਬੰਧਕਾਂ ਵੱਲੋਂ ਮਿਲੀ ਭਗਤ ਕਰਕੇ ਟੈਂਡਰ ਹਾਸਲ ਕੀਤਾ ਗਿਆ ਹੈ ਅਤੇ ਆਪਣੇ ਫਾਇਦੇ ਲਈ ਪੇੜ ਕੱਟੇ ਗਏ ਹਨ। ਇਨਸਾਨੀ ਜ਼ਿੰਦਗੀ ਅਤੇ ਵਾਤਾਵਰਨ ਦੀ ਸੰਭਾਲ ਦੇ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਜਿਹੜੇ ਦਰਖਤ ਹੈ ਉਹਨਾਂ ਦੀ ਸਾਂਭ ਸੰਭਾਲ ਕਰਨ ਦੀ ਬਜਾਏ ਉਹਨਾਂ ਨੂੰ ਕੱਟਿਆ ਗਿਆ। ਮੇਰੇ ਪਿੱਛੇ ਤੁਸੀਂ ਬਿਲਕੁਲ ਦੇਖ ਰਹੇ ਜੇ ਕਿ ਅੰਮ੍ਰਿਤਸਰ ਦੇ ਕ੍ਰਿਸਟਲ ਚੌਂਕ ਅਰਬਨ ਹੱਟ ਦੇ ਵਿੱਚ ਅੰਗਰੇਜ਼ਾਂ ਦੇ ਟਾਈਮ ਤੋਂ ਲੱਗੇ ਹੋਏ ਦਰਖਤ ਇਹ ਸਾਰੇ ਪਿੱਛੇ ਹੈਗੇ ਨੇ, ਪਰ ਇਹਨਾਂ ਨੂੰ ਬਿਲਕੁਲ ਕੱਟਿਆ ਗਿਆ। ਕਿਹੜੇ ਮਹਿਕਮੇ ਵਾਲੇ ਨੇ ਜਿਨ੍ਹਾਂ ਨੇ ਇਸ ਦਰਖਤਾਂ ਨੂੰ ਕੱਟਣ ਦੀ ਪਰਮਿਸ਼ਨ ਦਿੱਤੀ ਹੈ? ਅਤੇ ਜੇ ਗੱਲ ਕਰ ਲਈਏ ਇਹਨਾਂ ਦੀ ਕੀਮਤ ਦੀ, 80,000 ਤੋਂ 90,000 ਇਹਨਾਂ ਦਰਖਤਾਂ ਦੀ ਕੀਮਤ ਸੀ, ਪਰ ਹੁਣ ਇਹਨਾਂ ਨੂੰ ਬਿਲਕੁਲ ਕੱਟਿਆ ਗਿਆ। ਅੱਜ ਲੋੜ ਹੈ NGO ਅਤੇ ਸੰਸਥਾਵਾਂ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਆਉਣ ਵਾਲੇ ਸਮੇਂ 'ਚ ਜੇ ਦਰਖਤ ਦੁਨੀਆ 'ਤੇ ਨਾ ਰਹੇ ਤਾਂ ਭਵਿੱਖ ਦੇ ਵਿੱਚ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਦੇ ਲਈ ਵਾਤਾਵਰਨ ਬਿਲਕੁਲ ਦੂਸ਼ਿਤ ਹੋ ਜਾਏਗਾ। ਕੈਮਰਾਮੈਨ ਰਕੇਸ਼ ਕੁਮਾਰ ਦੇ ਨਾਲ ਸੁਸ਼ੀਲ ਸ਼ਰਮਾ, ਫਾਸਟ ਵੇ ਨਿਊਜ਼, ਅੰਮ੍ਰਿਤਸਰ।